ਅੱਜ ਹੋਰ ਵੀ ਜੋੜ ਕੇ ਮੈਂ ਆਪਣੇ ਇਸਲਾਮਾਬਾਦ ਦਾ ਨਾਮ, ਆਪਣੇ ਇੰਡੀਆ ਦਾ ਨਾਮ, ਪੂਰੇ ਵਰਲਡ ਵਿੱਚ ਜਿਹੜਾ 151 ਦੇਸ਼ਾਂ ਵਿੱਚ ਵੰਡਰ ਗਰੁੱਪ ਆਫ ਰਿਕਾਰਡ ਇੰਟਰਨੈਸ਼ਨਲ ਹੈ, ਉਹਦੇ ਵਿੱਚ ਆਪਣੇ ਇਸਲਾਮਾਬਾਦ ਦਾ ਨਾਮ, ਆਪਣੇ ਸਿੱਖੀ ਦਾ ਨਾਮ ਉਹਦੇ ਵਿੱਚ ਚੁੱਕਾ ਹਾਂ। ਅਤੇ ਮੇਰਾ ਮਕਸਦ ਆਪਣੇ ਸਿੱਖ ਧਰਮ ਨੂੰ ਪੂਰੇ ਵਰਲਡ ਦੇ ਵਿੱਚ ਚੁੱਕਾਉਣਾ ਹੈ। ਅਤੇ ਨਾਨਕ ਨਾਮ ਚੰਗੀ ਕਲਾ ਤੇਰੇ ਬਣੇ ਸਰਬਤ ਦਾ ਭਲਾ। ਅਤੇ ਇਸੇ ਤਰ੍ਹਾਂ ਹੀ ਮੈਂ ਸੇਵਾ ਕਰਦਾ ਰਹਾਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਆਪਣੇ ਦੇਸ਼ ਨੂੰ ਮਜ਼ਬੂਤ ਬਣਾਵਾਂ। ਜੇ ਆਪਣਾ ਨੌਜਵਾਨ ਮਜ਼ਬੂਤ ਹੋਣਗੇ ਤਾਂ ਆਪਣਾ ਦੇਸ਼ ਵੀ ਮਜ਼ਬੂਤ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੌਣ ਕਰਦਾ।